ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਜਿਨ੍ਹਾਂ ਵਾਰਡਾਂ ਮੁਹੱਲਿਆਂ ਵਿੱਚ ਸੜਕਾਂ ਨਾਲੀ ਦਾ ਕੰਮ ਨਹੀਂ ਹੋਇਆ ਹੈ ਉਹਨਾਂ ਵਾਰਡਾਂ ਵਿੱਚ ਵਿਰੋਧ ਜਾਰੀ ਹੋ ਗਿਆ। ਤਾਜ਼ਾ ਮਾਮਲਾ ਨਾਭਾ ਦੇ 3 ਨੰਬਰ ਵਾਰਡ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁਹੱਲਾ ਨਿਵਾਸੀਆਂ ਨੇ ਆਪਣੇ ਗਲੀਆਂ ਦੇ ਬਾਹਰ ਬੈਨਰ ਲਗਾ ਕੇ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਹੋਏ ਪੂਰਨ ਤੌਰ 'ਤੇ ਵੋਟਾਂ ਦਾ ਬਾਈਕਾਟ ਕੀਤਾ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਤੋਂ ਸਾਡੇ ਮੁਹੱਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਜਦਕਿ ਸਾਡੇ ਮੁਹੱਲੇ 23 ਵਾਰਡ ਵਿੱਚ ਵਿਕਾਸ ਨਹੀਂ ਕਰਵਾਇਆ ਜਾਂਦਾ। ਉਦੋਂ ਤੱਕ ਸਾਰੀਆਂ ਪਾਰਟੀਆਂ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਪੂਰਨ ਤੌਰ 'ਤੇ ਬਾਈਕਾਟ ਕਰਦੇ ਹਾਂ। ਜਸੀ ਖੜ੍ਹੇ ਹਾਂ ਨਾਭਾ ਦੇ ਲਾਹੌਰਾਂ ਗੇਟ ਵਿਖੇ 23 ਨੰਬਰ ਵਾਰਡ ਵਿਖੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੁਹੱਲਾ ਨਿਵਾਸੀਆਂ ਨੇ ਪੂਰਨ ਤੌਰ 'ਤੇ ਬਾਈਕਾਟ ਕੀਤਾ ਹੋਇਆ, ਜਿਸ ਦੀਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ, ਜੋ ਕਿ ਮੁਹੱਲਾ ਨਿਵਾਸੀ ਵੋਟਾਂ ਦੇ ਟਾਈਮ ਜੋ ਕਿ ਇੱਥੇ ਗਲੀਆਂ ਨਾ ਬਣੀਆਂ ਹੋਣ ਕਾਰਨ ਨਿਵਾਸੀਆਂ ਨੇ ਬਾਈਕਾਟ ਕੀਤਾ ਹੋਇਆ ਵੀ ਕਰਦੇ ਹਾਂ, ਜਿਨ੍ਹਾਂ ਨੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਜੀ, ਨਾਭੇ ਦੀਆਂ ਸਾਰੀਆਂ ਸੜਕਾਂ ਬਣ ਰਹੀਆਂ, ਵਾਰਡ ਨੰਬਰ 23 ਵਾਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਨੂੰ ਉਰੇ ਕਹੋ, ਸਾਰੀ ਜਿਹੜੀਆਂ ਵੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਹੈ, ਭਾਜਪਾ ਵਾਲੇ ਆ, ਚਾਹੇ ਅਕਾਲੀ ਵਾਲੇ ਆ, ਚਾਹੇ ਕਾਂਗਰਸ ਵਾਲੇ ਆ, ਉਹ ਆ ਕੇ ਉਰੇ ਚੱਲ ਕੇ ਦਿਖਾਉਣ ਵੀ ਉਸ ਰਾਤ ਨੂੰ ਉਰੇ ਚੱਲ ਸਕਦੇ ਨੇ। ਜੇ ਇੱਕ ਅੱਧਾ ਨਾ ਗਿਰਿਆ ਤਾਂ ਮੇਰਾ ਨਾਂ ਬਟਾ ਦਿਓ। ਦੂਜੀ ਗੱਲ, ਮੈਨੂੰ 3-4 ਮਹੀਨੇ ਹੋ ਗਏ ਡਰਾਮਾ ਦੇਖਦੇ, ਕਦੇ ਇੱਥੇ ਰੋੜੀ ਪੈਂਦੀ ਹੈ, ਕਦੇ ਉਰੇ ਮਿੱਟੀ ਪੈਂਦੀ ਹੈ, ਕਦੇ ਕੁਛ ਹੁੰਦਾ, ਕਦੇ ਕੁਛ ਹੁੰਦਾ। ਪੂਰੀ ਸੰਪੂਰਨ ਸੜਕ ਕਦੋਂ ਬਣੂਗੀ? 1 ਸਾਲ ਹੋ ਗਿਆ ਵੀ ਪੈਸਾ ਆਇਆ ਹੋਇਆ ਕਮੇਟੀ ਕੋਲ, ਇਸ ਸੜਕ ਦਾ ਪੈਸਾ ਆਇਆ ਹੋਇਆ, ਪਰ ਇਹ ਸੜਕ ਕਦੋਂ ਬਣੂਗੀ? ਇੱਥੇ ਬੰਦੇ ਨਹੀਂ ਵੱਸਦੇ? ਸਾਰੀਆਂ ਬਾਜ਼ਾਰ ਦੀਆਂ ਸੜਕਾਂ ਬਣ ਗਈਆਂ, ਸਾਰੀ ਮੋਤੀ ਬਾਗ ਦੀਆਂ ਸੜਕਾਂ ਬਣ ਗਈਆਂ, ਆਹ ਵਾਲੀ ਸੜਕ ਕਾਹਦੇ ਲਈ ਛੱਡੀ ਹੋਈ ਹੈ? ਇਸ ਲਈ ਸਾਨੂੰ ਤਾਂ ਇਹ ਸੜਕ ਦੀ ਜਿਹੜੀ ਸਾਡੀ ਡਿਮਾਂਡ ਹੈ, ਨਾਲੀਆਂ ਦੀ ਡਿਮਾਂਡ ਹੈ, ਇਹ ਪੂਰੀ ਹੋਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਵਾਰਡ ਨੰਬਰ 23 ਮਹੱਲਾ 1 ਨੰਬਰ, ਅਸੀਂ ਕਿਸੇ ਵੀ ਕੋਈ ਵੀ ਮਤਲਬ ਜਿਹੜੀ ਆਹ ਉਹ ਹੈ ਆਪਣੀ ਪਾਰਟੀ ਹੈ, ਵੋਟ ਨਹੀਂ ਪਾਉਣ ਜਾਵਾਂਗੇ ਔਰ ਸਾਰੀ ਪਾਰਟੀਆਂ ਦਾ ਬਾਈਕਾਟ ਕਰਾਂਗੇ। ਸਾਡੀਆਂ ਡਿਮਾਂਡਸ ਪੂਰੀਆਂ ਹੋ ਜਾਣਗੀਆਂ ਵੋਟਾਂ ਤੱਕ ਤਾਂ ਅਸੀਂ ਵੋਟ ਪਾਵਾਂਗੇ, ਅਦਰਵਾਈਜ਼ ਸਾਡੀ ਵੱਲੋਂ ਸਾਰਿਆਂ ਦਾ ਬਾਈਕਾਟ ਹੈ। ਧੰਨਵਾਦ। ਨੰਬਰ ਹਾਂਜੀ, ਅਸੀਂ ਇਹੀ ਕਹਿਣਾ ਚਾਹਾਂਗੇ ਜੀ, ਅਸੀਂ ਆਪਦੀ ਮਰਜ਼ੀ ਨਾਲ ਕਿਸੇ ਨੂੰ ਮੋਤੀ ਬਾਗ ਦੇ ਵਿੱਚੋਂ ਕੈਂਡੀਡੇਟ ਨਹੀਂ ਖੜਨ ਦੇਵਾਂਗੇ। ਮੋਤੀ ਬਾਗ ਖੁਦ ਚੁਣੂਗਾ ਕੈਂਡੀਡੇਟ ਜਿਹੜਾ ਉਹਨਾਂ ਨੂੰ ਕਾਬਲ ਲੱਗੂਗਾ, ਅਸੀਂ ਉਹਨੂੰ ਹੀ ਚੁਣਾਂਗੇ। ਹਰੇਕ ਆਪਦੀ ਮਰਜ਼ੀ ਨਾਲ, ਜੇ ਕੋਈ ਕਹੇ ਵੀ ਮੈਂ ਖੜ ਜੂ, ਮੈਂ ਕਿਸੇ ਨੂੰ ਨਹੀਂ ਅਸੀਂ ਖੜਨ ਦੇਵਾਂਗੇ, ਨਾ ਅਸੀਂ ਕਿਸੇ ਨੂੰ ਵੋਟ ਪਾਈਏ। ਸਾਰਾ ਮੋਤੀ ਬਾਗ ਇਸ ਗੱਲੋਂ ਬਾਈਕਾਟ ਕਰੂਗਾ। ਹਾਂਜੀ, ਜਿਹੜਾ ਸਾਨੂੰ ਲੱਗੂਗਾ ਵੀ ਇਹ ਸਹੀ ਹੈ, ਅਸੀਂ ਉਹਨੂੰ ਖੜਾਂਗੇ, ਉਹਨੂੰ ਚੁਣਾਂਗੇ, ਉਹਦੀ ਸਪੋਰਟ ਕਰਾਂਗੇ। ਉਹ ਤਾਂ ਅਸੀਂ ਧੱਕੇ ਨਾਲ ਫਿਰ ਕੰਮ ਵੀ ਕਰਵਾ ਸਕਦੇ ਹਾਂ, ਜੇ ਖੁਦ ਆਪ ਬੰਦਾ ਖੜ ਕੇ ਨਾਲ 4 ਬੰਦੇ ਲੈ ਕੇ ਆਪ ਕਹਿ ਦਿੰਦਾ ਵੀ ਮੈਂ ਖੜ ਗਿਆ ਜੀ, ਆਪਦੇ ਪੈਸੇ ਲੈ ਕੇ ਗਰਾਂਟਾਂ ਲੈ ਕੇ ਅੰਦਰ ਵੜ ਜਾਂਦੇ ਨੇ ਜੀ, ਪਬਲਿਕ ਦਾ ਉਹੀ ਹਾਲ ਰਹਿ ਜਾਂਦਾ। ਪਬਲਿਕ ਇੱਥੇ 15 ਸਾਲ ਹੋ ਗਏ ਸਾਨੂੰ ਸੰਤਾਪ ਭੋਗਦਿਆਂ ਨੂੰ ਮੋਤੀ ਬਾਗ ਦੇ ਵਿੱਚ। ਹੁਣ MSC ਨਵੇਂ ਖੜੇ ਹੋ ਰਹੇ ਨੇ, ਹਾਂਜੀ 5 ਸਾਲ ਜਿਹੜੇ ਹੁਣ ਨਵੇਂ MSC ਖੜੇ ਹੋ ਰਹੇ ਨੇ, ਹਾਂਜੀ 5 ਸਾਲਾਂ ਦੇ ਵਿੱਚ ਪਹਿਲਾਂ ਤੁਹਾਡੇ ਕੋਲ ਕਦੇ ਆਏ ਨੇ ਜੀ? ਨਹੀਂ ਜੀ, ਬਿਲਕੁਲ ਵੀ ਨਹੀਂ ਆਏ ਹੈਗੇ, ਇਹ ਸਿਰਫ ਇਲੈਕਸ਼ਨਾਂ ਦੇ ਟਾਈਮ ਹੀ ਨਜ਼ਰ ਆਉਂਦੇ ਨੇ, ਉਸ ਤੋਂ ਬਾਅਦ ਦਾ ਉਸ ਤੋਂ ਪਹਿਲੇ ਕੋਈ ਨਹੀਂ ਨਜ਼ਰ ਆਉਂਦਾ। ਤੁਹਾਡੇ ਇਲਾਕੇ ਦੇ ਨੇਗੇ ਜਿਹੜੇ ਖੜ ਰਹੇ ਨੇ ਇਸ ਟਾਈਮ ਵੋਟਾਂ ਦੇ ਵਿੱਚ, ਜੋ ਵੀ ਨੁਮਾਇੰਦੇ ਖੜ ਰਹੇ ਨੇ? ਸਾਡੇ ਇਲਾਕੇ ਦੇ ਨਾਗਪਾਲਾ ਜੀ, ਨਾਗਪਾਲ ਜੀ ਨੇ ਸਿਰਫ ਇਹੀ ਵਾਰਡ ਦੇ ਨੇ, ਅਦਰਵਾਈਜ਼ ਮਤਲਬ ਕਿ ਹੋਰ ਵੀ ਸਾਡੇ ਵਾਰਡ ਦੇ ਨਹੀਂ ਹੈਗੇ। ਇਹਨਾਂ ਦੀ ਜਿਹੜੇ ਤੁਹਾਡੇ ਇਲਾਕੇ ਤੋਂ ਬਾਹਰ ਦੇ, ਉਹਨਾਂ ਦਾ ਬਾਈਕਾਟ ਕਰੋਗੇ? ਪੱਕਾ ਜੀ, ਪੱਕਾ ਕਰਾਂਗੇ, ਸਾਰਿਆਂ ਦਾ ਪੱਕਾ ਬਾਈਕਾਟ ਕਰਾਂਗੇ। ਜਿਹੜਾ ਵੀ ਕੈਂਡੀਡੇਟ ਹੋਊਗਾ ਉਹ ਸਾਡੇ ਮੋਤੀ ਬਾਗ ਦਾ ਸਹਿਮਤੀ ਦੇ ਨਾਲ ਹੀ ਖੜਾ ਹੋਏਗਾ, ਬਾਕੀ ਸਾਰੇ ਅਸੀਂ ਮਤਲਬ ਕਿ ਹਾਂ ਵੀ ਜਿਹੜਾ ਸਾਡੇ ਕੰਮ ਕਰਾਏਗਾ ਅਸੀਂ ਉਹਦੇ ਨਾਲ ਖੜੇ ਹਾਂ, ਅਸੀਂ ਇੱਕ ਮਤ ਹੋ ਕੇ ਕਸਮ ਖਾ ਕੇ ਵੋਟ ਕਰਨੀ ਹੈ ਜਿਹੜੀ ਕਰਨੀ ਹੈ। ਨਾਗਪਾਲ ਜੀ ਦੇਖੋ ਜੀ, ਸਾਡਾ ਦੇਖੋ ਮੌਕਾ ਦੇਖੋ ਵੀ, ਅਸੀਂ ਇਹ ਨਹੀਂ ਗੱਲ ਕਹਿੰਦੇ, ਅਸੀਂ ਮੋਤੀ ਬਾਗ ਦੇ ਸਾਡੇ ਸਾਰੇ ਹੀ ਮੈਂਬਰ ਨੇਗੇ ਇੱਥੇ, ਜਿੰਨੇ ਘਰਾਂ ਦੇ ਵਿੱਚ ਇਸ ਟਾਈਮ ਨੂੰ ਝੇਲਦੇ ਪਏ ਨੇਗੇ। ਪਾਣੀ ਦੀ ਸਮੈਲ ਆ, ਇੰਨੀ ਗੰਦੀ ਆ ਕਿ ਮੱਛਰ ਆ ਕਿ ਡੱਡੂ ਆ ਗਈ, ਸੱਪ ਸੁੰਡੀ ਜੋ ਵੀ, ਸਾਡੇ ਬੱਚੇ ਅਸੀਂ ਬਾਹਰ ਕੱਢ ਨਹੀਂ ਸਕਦੇ ਵੀ ਅਸੀਂ ਬੱਚਾ ਸਾਡਾ ਥੋੜੀ ਦੇਰ ਬਾਹਰ ਸੇਫ ਰਹਿ ਜੂਗਾ ਜੀ। ਇਹ ਸਾਡਾ ਗਲੀਆਂ ਦਾ ਬੁਰਾ ਹਾਲ ਆ ਜੀ, ਲੇਕਿਨ ਸਿਫਾਰਸ਼ਾਂ ਦੇ ਨਾਲ ਕੰਮ ਚੱਲਿਆ, ਜਿਨ੍ਹਾਂ ਨੇ ਜਿਨ੍ਹਾਂ ਜੋਗੇ ਹੋਇਆ ਆਪਾਂ ਆਪਣੇ ਘਰ ਬਣਾ ਕੇ ਉਹਨੇ ਬੈਠੇ ਨੇ। ਹਾਂਜੀ ਹਾਂ ਹਾਂ, ਸਾਰਾ ਹੀ ਦੇਖੀ ਬਣੇ ਹੋਈ। ਆਹ ਦੇਖੋ ਜੀ ਸਾਡਾ ਮੋਤੀ ਬਾਗ ਦਾ ਹਾਲ, ਮੋਤੀ ਬਾਗ ਆ ਜੀ, ਮੋਤੀ ਬਾਗ ਦਾ ਭਾਈ ਖੜੇ ਹੋ ਗਏ ਆ, ਖੜੋ ਭਾਈ ਉਰੇ। ਇਹ ਦੇਖੋ ਜੀ ਸਾਡੀਆਂ ਜੀ ਪ੍ਰੋਬਲਮਾਂ ਤਾਂ ਬਹੁਤ ਨੇ ਜੀ, ਪਰ ਪ੍ਰਸ਼ਾਸਨ ਦਾ ਕਿਸੇ ਦਾ ਧਿਆਨ ਨਹੀਂ ਜੀ ਸਾਡੀ ਬਾੜਕਾਂ ਦੀ। ਸਾਡੇ ਕਹਿੰਦੇ ਨੇ ਮੋਤੀ ਬਾਗ 1 ਨੰਬਰ ਕਲੋਨੀ ਆ,
लेकिन एक नंबर कलोनी तो ही बजूगी ना, क्योंकि अद्धा हिस्सा बना देंगे ने, अद्धा हिस्सा जी वो ओमेजकरी छड़ जाते हैं। प्रशासन को बहुत उम्मीद लैके जाने पर आए मौका देखते हैं, लेकिन वो फिर वापस चले जाते, सानू उम्मीद दे जाते हैं भी हाँ जी असं इन्ने टाइम तैयार कर रहे, इन्ने टाइम हो रहा जी, इस टाइम सड़क तैयार कर जी, साढ़े जी पानी का निकास नहीं कोई, साड़ी गली जाने ने मेन गुरु घर आ जो साडा रस्ता इतों मेन रस्ता जाता जी, साढ़ा ये एक नंबर गली आ, हर एक बंदे का रस्ता इतों की है जी। असं यही प्रशासन अगे बेनती करते हैं भी जेड़ी कोई साढ़े इत कोई गली बनाऊगा, पानी का निकास करूगा, असं उसू ही वोट पावे, वरना असं किसी वोट नहीं पाऊंगे, साढ़े सारे बाईकाट आ जी वोटा का। शकल भी नहीं देखी अज थी, 5 साल हो गए जी, शकल तक नहीं देखी, जो वोटा पईआं ने वोटा लैके चले गए ने, लेकिन उस तो बाद किसी ने सार नहीं ली जी, इस गली नू 10 साल हो चले ने, 10 साल लोगों ने घर च पानी वड़दा कि अंदर डड्डू फिरते ने, मीह पै जाता भी सानू पता भी इतों का साडा जिहड़ा रस्ता गा असीं किस तरह कढ़दे आ, कोई भी पार्टी का बंदा आउंदा गा, पर सानू किसी ने यह उम्मीद नहीं दिती हैगी भी असी अज ही कम शुरू करते हैं, 10 साल हो गए जी सानू ला रहे सरदियां नू, पर अज असी बहुत दुखी हो के भी हुण वोटां दा समां गा, असी बहुत दुखी हो के असी यह मुद्दा उठाया जी, भी साढ़े यह प्रशासन जी प्रशासन अगे भी कारपोरेशन अगे भी साड़ी यही बेनती है जी, साड़ी सड़क बनाई जाए ते साडे गले पानी का निकास किया जाए, असी उस तो पहला किसी वोट नहीं पावांगे जी, जेड़ा कोई इस गल नू करूगा तो असी उहदे नाल कंधे नाल कंधा ला के खड़े होवांगे जी। देखो जी स्ट्रीट लाइटां दा जी कहिंदे नेरे च तां असी मोबाइल दा चानण करके भी लंघ जावांगे, जद थले गारा होगा जी, और बंदा मूहते मूहे बजुर्ग भी ने, सियाने भी ने, न्याणे भी ने, इत्थे एक नंबर गली दे विच स्कूल भी पैंदा जी, जो बच्चों बहुत प्रॉब्लम आउंदियां ने गियां, ठीक है जी, जो कि असी यह नहीं हैगा कोई बंदा भी सियाणा इत्थों कोई तुरके लंघ जूगा, ठीक है जी, बहुत ही ज्यादा प्रॉब्लम आउंदियां ने, स्ट्रीट लाइटां नू भी की करना जी, जब थले तां जी गारा एडा पिया स्ट्रीट लाइटां नू लगियां होईयां नू असीं की करांगे, ठीक है जी, बहुत बुरा हाल आ, पानी का निकास किसे पासे नहीं हैगा जी, वो थोड़े टाइम मोटर चलाउंदे ने पानी निकल जांदा, पानी फिर उत्थे दा उत्थे खड़ा जी, पाइप पा देंदे ने नाले दा, वो पाइप उन्ना क पाउणा जी, वो टुट जांदा जी, फिर उत्थे दा उत्थे ओही हिसाब तावा जी। तुसीं ने पक्का बाईकाट कर लिया जी? हाँ जी, असीं ने पक्का ही बाईकाट कर लिया जी, जिहड़ा साडा पानी का निकास करूगा तां उस चीज़ नू असीं कंधे ना कंधा मिला के खड़ांगे जी। ਦਿੱਤਾ ਕਿ ਫਲਾਣੇ ਫਲਾਣੇ ਕੈਂਡੀਡੇਟ ਖੜ ਰਹੇ ਨੇ, ਕਿ ਉਹਨਾਂ ਦੇ ਵਿੱਚੋਂ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਜਾਂ ਪਹਿਲਾਂ ਕਦੇ ਆ ਕੇ ਤੁਹਾਡੇ ਏਰੀਆ ਦੇ ਵਿੱਚ ਖੜੇ ਨੇ? ਨਹੀਂ, ਕੁਛ ਨੂੰ ਹਲੇ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਖੜੇ ਨੇ ਜੀ, ਹਲੇ ਮਤਲਬ ਸਾਨੂੰ ਪਤਾ ਲੱਗ ਰਿਹਾ ਵੀ ਇਹ ਕੁਛ ਖੜ ਰਹੇ ਨੇ, ਹੈ ਜੀ, ਖੜਨਗੇ, ਸਾਡਾ ਤਾਂ ਮਸਲਾ ਇਹੀ ਆ ਵੀ ਸਾਡੀਆਂ ਨਾਲੀਆਂ ਅਤੇ ਗਲੀਆਂ ਜਿੰਨਾ ਚਿਰ ਕੰਪਲੀਟ ਪਾਣੀ ਦਾ ਸਾਧਨ ਨਹੀਂ ਹੁੰਦਾ ਉਨਾ ਚਿਰ ਅਸੀਂ ਕੋਈ ਕਿਸੇ ਨੂੰ ਵੋਟ ਨਹੀਂ ਪਾਉਂਦੇ। ਠੀਕ ਹੈ, ਬਸ ਮੈਨੂੰ ਪੁੱਛ